ਜੀਬਨੀ ਚੋਣ 20 ਤਰੀਕ ਨੂੰ ਹੋਣ ਜਾ ਰਹੀ ਹੈ ਉੱਥੇ ਹੀ ਵੱਖ-ਵੱਖ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਪਰ ਸ਼ੋਮਣੀ ਅਕਾਲੀ ਦਲ ਪਾਰਟੀ ਨੇ ਚੋਣ ਲੜਨ ਤੋਂ ਮਨਾ ਕਰ ਦਿੱਤਾ ਹੈ ਉੱਥੇ ਹੀ ਸਾਡੇ ਨਾਲ ਇਸ ਵੇਲੇ ਖੜੇ ਨੇ ਸ਼ੋਮਣੀ ਅਕਾਲੀ ਦਲ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾਰ ਜੀ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਦੇ ਵਿੱਚ ਧੰਨਵਾਦ ਜੀ ਧੰਨਵਾਦ ਸਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਹਿਲਾਂ ਸੀ ਪਰ ਭਾਰਤੀ ਜਨਤਾ ਪਾਰਟੀ ਨੂੰ ਛੱਡਣ ਦਾ ਕੀ ਕਾਰਨ ਹੈ ਫੇ ਸ਼੍ਰੋਮਣੀ ਅਕਾਲੀ ਦਲ ਨੂੰ ਫੜ ਲਿਆ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਚੋਣ ਵੀ ਨਹੀਂ ਲੜ ਰਿਹਾ ਤੁਹਾਡੇ ਸਵਾਲ ਨੂੰ ਮਾੜਾ ਜਾਂ ਠੀਕ ਕਰਾਂ ਜੀ ਤੁਸੀਂ ਕਹਿ ਕੇ ਭਾਰਤੀ ਜਨਤਾ ਪਾਰਟੀ ਛੱਡਣ ਦਾ ਕੀ ਕਾਰਨ ਹੈ ਦੂਜਾ ਇਹ ਕਹਿ ਸਕਦੇ ਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕਰਨ ਦਾ ਕੀ ਕਾਰਨ ਹੈ ਜੀ ਪਹਿਲੀ ਗੱਲ ਤਾਂ ਮੈਂ ਦੱਸਣਾ ਚਾਹੁੰਦਾ ਕਿ ਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੈਂ ਲੰਬਾ ਸਮਾਂ ਜਿਹੜਾ ਹੈ ਆਪਣੀਆਂ ਸੇਵਾਵਾਂ ਦਿੱਤੀਆਂ ਜੀ ਪਰ ਮੈਨੂੰ ਕੁਝ ਕਾਰਨਾ ਕਰਕੇ ਭਾਤੀ ਜਨਤਾ ਪਾਰਟੀ ਛੱਡਣੀ ਪਈ ਆ ਉਹ ਮੈਂ ਜੇ ਛੋਟੇ ਜਿਹੇ ਲਫ਼ਜ਼ਾਂ ਦੇ ਵਿੱਚ ਇੱਕ ਲਾਈਨ 'ਚ ਗੱਲ ਕਰਾਂ ਤਾਂ ਭਾਤੀ ਜਨਤਾ ਪਾਰਟੀ ਦਾ ਪੰਜਾਬ 'ਚ ਇਸ ਵੇਲੇ ਜਿਹੜਾ ਹਾਲਾਤ ਹੈ ਉਹ ਬਗਾਨੇ ਸੰਧੂਰ ਦੇ ਨਾਲ ਸੁਹਾਗਣ ਬਣਨਾ ਚਾਹੁੰਦੀ ਹੈ ਔਰ ਤੁਸੀਂ ਦੇਖਿਆ ਹੋਣਾ ਕਿ ਭਾਤੀ ਜਨਤਾ ਪਾਰਟੀ ਦਾ ਬਾਰਡਰ ਸਟੇਟ ਆ ਇਹ ਬਾਰਡਰ ਸਟੇਟ ਦੇ ਅੰਦਰ ਜਿਵੇਂ ਕੇਰਲਾ ਹੋ ਗਿਆ ਹੋਰ ਹੋ ਗਿਆ ਉਹ ਸਾਰੀਆਂ ਸਟੇਟਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਕਾਰਕਟਰਾਂ ਨੇ ਆਪਣਾ ਖੂਨ ਪਸੀਨਾ ਦੇ ਕੇ ਪਾਰਟੀ ਨੂੰ ਸਿੰਚਿਆ ਐ ਇਦਾਂ ਹੀ ਪੰਜਾਬ 'ਚ ਵੀ ਸੀ ਪਾਰਟੀ ਨੂੰ ਸਿੰਚਿਆ ਖੂਨ ਪਸੀਨਾ ਦੇ ਕੇ ਸਿੰਚਿਆ ਗਿਆ ਚਾਹੇ ਮੋਗੇ ਦੀ ਘਟਨਾ ਹੋ ਜਾਏ ਚਾਹੇ ਹੋਰ ਘਟਨਾ ਹੋ ਜਾਣ ਪਰ ਹਾਲਾਤ ਇਹ ਹੋ ਗਏ ਕਿ ਅੱਜ ਪੰਜਾਬ ਦੇ ਅੰਦਰ ਔਰ ਇਹਦੇ ਨਾਲ ਦੀਆਂ ਸਟੇਟਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਬੰਦਾ ਤੁਸੀਂ ਬਾਹਰੋਂ ਫੜਕੇ ਲਿਆਉਨੇ ਆ ਉਹਨਾ ਲੋਕਾਂ ਦੇ ਤੁਹਾਨੂੰ ਜਿਆਦਾ ਵਿਸ਼ਵਾਸ ਆ ਉਹ ਇੰਪੋਰਟ ਕਰਕੇ ਬੰਦਾ ਲੈ ਕੇ ਆਂਦਾ ਔਰ ਆਉਂਦੇ ਹੀ ਉਹਨੂੰ ਬਣਾ ਦਿੱਤਾ ਜਾਂਦਾ ਪੰਜਾਬ ਦਾ ਪ੍ਰਧਾਨ ਬੰਦਾ ਲੈ ਕੇ ਆਂਦਾ ਉਹਨੂੰ ਆਉਂਦੇ ਹੀ ਬਾਅਦ ਦੇ ਵਿੱਚ ਉਹਨੂੰ ਜੁਆਇਨ ਕਰਾਇਆ ਜਾਂਦਾ ਪਹਿਲਾਂ ਟਿਕਟ ਦਿੱਤੀ ਜਾਂਦੀ ਹੈ ਤੇ ਲੜਾਇਆ ਜਾਂਦਾ ਇੱਥੋਂ ਤੱਕ ਕੀ ਮੈਂ ਹੈਰਾਨ ਹੋ ਗਿਆ ਕਿ ਪੰਜਾਬ ਦੇ ਅੰਦਰ ਮਨਿਸਟਰ ਵੀ ਕਿਹਨੂੰ ਬਣਾਇਆ ਗਿਆ ਕੇਂਦਰ ਚ ਜਿਹੜਾ ਬਾਹਰੋਂ ਲੈ ਕੇ ਆਂਦਾ ਔਰ ਇਲੈਕਸ਼ਨ ਹਾਰ ਗਿਆ ਨਾਲ ਦੀ ਸਟੇਟ ਹਰਿਆਣਾ ਚ ਤੁਸੀਂ ਦੇਖ ਲਓ ਰਾਜ ਸਭਾ ਕਹਨੂੰ ਦਿੱਤੀ ਗਈ ਕੱਲ ਲੈ ਕੇ ਆਂਦਾ ਜਿਹੜਾ ਭਾਤ ਜਨਤਾ ਪਾਰਟੀ ਦਾ ਰੂਟਸ ਤਰ ਦਾ ਕਾਰਕਤਾ ਸੀ ਜਿਹਨੇ ਖੂਨ ਪਸੀਨਾ ਦਿੱਤਾ ਸੀ ਅੱਜ ਉਹ ਸਾਰੇ ਦਾ ਸਾਰਾ ਪਰਕਰ ਆਪਣੇ ਆਪ ਨੂੰ ਉਠਾ ਗਿਆ ਮਹਿਸੂਸ ਕਰ ਰਿਹਾ ਮੈਂ ਇਹ ਡਿਸੀਜਨ ਕਿਉਂ ਲਿਆ ਮੈਂ ਵੀ ਚੁੱਪ ਕਰਕੇ ਘਰ ਬੈਠ ਸਕਦਾ ਸੀ ਮੈਂ ਪੰਜਾਬ ਦੇ ਅੰਦਰ ਰਹਿਣਾ ਮੈਂ ਪੰਜਾਬ ਦੇ ਉਹ ਦਿਨ ਵੀ ਦੇਖੇ ਆ ਜਿਹੜੇ ਮਾੜੇ ਦਿਨ ਸੀ ਜਿਹੜੇ ਕਾਲੀ ਸਿਆਹੀ ਨਾਲ ਲਿਖੇ ਗਏ ਸੀ ਉਹਨਾਂ ਦਿਨ ਦੁਬਾਰਾ ਰਿਪੀਟ ਨਾ ਹੋਣ ਇਸ ਕਰਕੇ ਪੰਜਾਬ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਹੀ ਫਾਰਮੂਲਾ ਲਾਗੂ ਹੁੰਦਾ ਉਹ ਹੈਗਾ ਹਿੰਦੂ ਸਿੱਖ ਏਕਤਾ ਜਿੰਨਾ ਚਿਰ ਹਿੰਦੂ ਸਿੱਖ ਏਕਤਾ ਦੀ ਇੱਥੇ ਵਾਰਤਾ ਰਹੇਗੀ ਭਾਈਵਾਲਤਾ ਰਹੇਗੀ ਉਦੋਂ ਪੰਜਾਬ ਜਿਹੜਾ ਸੁੱਖ ਚੈਨ ਤੇ ਸ਼ਾਂਤੀ ਨਾਲ ਅੱਗੇ ਵਧੇਗਾ ਤੇ ਹਿੰਦੂ ਸਿੱਖ ਏਕਤਾ ਨੂੰ ਬਣਾਏ ਰੱਖਣ ਵਾਸਤੇ ਮੈਨੂੰ ਇਹ ਲੱਗਿਆ ਕਿ ਪੰਜਾਬ ਦੇ ਅੰਦਰ ਦੂਜੀਆਂ ਜਿਹੜੀਆਂ ਪਾਰਟੀਆਂ ਆ ਉਹ ਫੁੱਟ ਪਾਉ ਤੇ ਰਾਜਕੋਧ ਦੀ ਨੀਤੀ ਤੇ ਚੱਲਦੀਆਂ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਮੈਨੂੰ ਲੋਕ ਕਹਿ ਦਿੰਦੇ ਨੇ ਕਿ ਡੁੱਬਦੇ ਚ ਤੁਸੀਂ ਜਹਾਜ਼ ਤੇ ਚੜ ਗਏ ਮੈਂ ਇਸੇ ਕਰਕੇ ਚੜਿਆ ਮੈਂ ਜਹਾਜ਼ ਦੇਖ ਕੇ ਨਹੀਂ ਚੜਿਆ ਮੈਂ ਪੰਜਾਬ ਦੀ ਸਪਿਰਿਟ ਦੇਖ ਕੇ ਚੜਿਆ ਮੈਂ ਪੰਜਾਬ ਦੀ ਖੁਸ਼ਹਾਲੀ ਦੇਖ ਕੇ ਚੜਿਆ ਕਿ ਪੰਜਾਬ 'ਚ ਹਿੰਦੂ ਸਿੱਖ ਏਕਤਾ ਦਾ ਨਾਅਰਾ ਬੁਲੰਦ ਕਰਨਾ ਹੈ ਤੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਸਰ ਅੱਜ ਤੁਸੀਂ ਅਕਾਲੀ ਦਲ ਦੇ ਵਿੱਚ ਭਾਰਜੀ ਪਾਰ ਨੂੰ ਛੱਡਿਆ ਪਰ ਅੱਜ ਲੱਗਦਾ ਹੈ ਕਿ ਜਿਹੜੀ ਭਾਜਪਾ ਹੈ ਉਹ ਅਕਾਲੀ ਦਲ ਦੇ ਨਾਲੋਂ ਉਭਾਰ ਆ ਰਿਹਾ ਹੈ ਉਹਦੇ ਵਿੱਚ ਨਹੀਂ ਮੈਂ ਮੈਂ ਨਾ ਵੈਸੇ ਇਹਨਾਂ ਦਾ ਭਰਮ ਤੁਹਾਡੇ ਮਾਦੇ ਉਹਨਾਂ ਦੂਰ ਕਰਨਾ ਚਾਹੁੰਦਾ ਹਾਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਭਰਮ ਦੂਰ ਕਰਨਾ ਚਾਹੁੰਦਾ ਹਾਂ ਜੀ ਤੁਸੀਂ ਦੇਖੋ ਇਹਨਾਂ ਨੇ ਪਿੱਛੇ ਬਿਆਨ ਦਿੱਤੇ ਕਿ ਸਾਡਾ ਪੰਜਾਬ ਦੇ ਵਿੱਚ ਵੋਟ ਸ਼ੇਅਰ ਵੱਧ ਗਿਆ ਜੀ ਬਿਲਕੁਲ ਗੱਲ ਠੀਕ ਹੈ ਇਹਨਾਂ ਦਾ ਵੋਟ ਸ਼ੇਅਰ ਵੱਧ ਗਿਆ ਉਹ ਵੀ ਪਹਿਲਾਂ ਤੁਸੀਂ ਪੇਪਰ ਦਿੰਦੇ ਸੀ ਦਸਵੀਂ ਦਾ 23 ਸੀਟਾਂ ਦੇ ਉੱਪਰ ਇਹ ਲੜਦੇ ਸੀ ਅੱਜ ਇਹ 117 ਸੀਟਾਂ ਦੇ ਉੱਪਰ ਲੜ ਕੇ ਆਪਣਾ ਵੋਟ ਸ਼ੇਅਰ ਵਧਿਆ ਕਹਿੰਦੇ ਨੇ 23 ਸੀਟਾਂ ਦੀ ਜੇ ਗਣਨਾ ਕਰਕੇ ਦੇਖ ਲੈਣ ਤੇਰਾ ਦਾ ਵੋਟ ਸ਼ੇਅਰ ਘਟਿਆ ਆ ਇਹ ਭਰਮ ਚ ਜੀਰੇ ਨੇ ਇਹ ਬਹਿਮ ਚ ਜੀਰੇ ਨੇ ਇਹਨਾਂ ਦਾ ਵੋਟ ਸ਼ੇਅਰ ਵਧਿਆ ਨਹੀਂ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਗਾਣਾ ਜੋ ਹਾਲਾਤ ਪੰਜਾਬ ਦਾ ਬਣ ਚੁੱਕਾ ਔਰ ਭਾਤਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਜੋ ਬਣਾ ਦਿੱਤਾ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਗਾਣਾ ਇਹ ਸਿਰ ਤੇ ਸਿਰਫ ਪੰਜਾਬ ਚ ਪਹਿਲਾਂ ਅਜੇ ਤੱਕ 23 ਸੀਟਾਂ ਤੇ ਜਾਂ ਲੋਕ ਸਭਾ ਦੀਆਂ ਤਿੰਨ ਸੀਟਾਂ ਦੇ ਲੜਦੇ ਸੀ ਉਸ ਵੋਟ ਸ਼ੇਅਰ ਦੇ ਨਾਲ ਇਹਨਾਂ ਨੇ 117 ਬੋਟ ਸੀਟਾਂ ਦਾ ਜਿਹੜਾ ਸ਼ੇਅਰ ਆ ਉਹਨੂੰ ਕੰਪੇਅਰ ਕੀਤਾ ਸੋ ਪਾਰਟੀ ਦਾ ਜਿਹੜਾ ਮੈਂ ਕਹੂੰਗਾ ਆਧਾਰ ਜਨਤਾ ਦਾ ਇੱਥੋਂ ਹੀ ਪਤਾ ਲੱਗਦਾ ਕਿ ਪੰਜਾਬ ਦੀ ਤੁਸੀਂ ਦੇਖ ਲਓ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਉੱਪਰ ਦੀ ਲੀਡਰਸ਼ਿਪ ਹੈ ਜਿਨ੍ਹਾਂ ਨੂੰ ਪਾਰਟੀ ਦੇ ਅਸੂਲਾਂ ਬਾਰੇ ਨਹੀਂ ਪਤਾ ਸੰਵਿਧਾਨ ਬਾਰੇ ਨਹੀਂ ਪਤਾ ਅੱਜ ਉਹ ਪਾਰਟੀ ਦੇ ਸੁਪਰੀਮ ਅਹੁਦਿਆਂ ਤੇ ਬੈਠੇ ਨੇ ਤਾਂ ਬੋਟ ਸ਼ੇਅਰ ਕਿੱਥੋਂ ਵਧੂਗਾ ਉਹ ਆਧਾਰ ਕਿੱਥੋਂ ਵਧੂਗਾ ਲੋਕ ਸਿਆਣੇ ਨੇ ਇਹ 20 ਟੀਮ ਬਣ ਚੁੱਕੀ ਆ ਕਾਂਗਰਸ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਅੰਦਰ ਸਰ ਅੱਜ ਅਕਾਲੀ ਦਲ ਪਾਰਟੀ ਦੇ ਵਿੱਚੋਂ ਸੁਖਵੀਰ ਬਾਦਲ ਜੀ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਕਿੱਦਾਂ ਅੱਪ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਲੱਗਦਾ ਹੈ ਹੁਣ ਤਾਂ ਦੇਖੋ ਇਹ ਬਹੁਤ ਇੱਕ ਸਮਾਨਯ ਪਰਕਰਿਆ ਆ ਜੀ ਹਰ 5 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਕਿਉਂਕਿ ਲੋਕਤੰਤਰੀ ਪ੍ਰਣਾਲੀ ਹੈ ਔਰ ਇਹਦੇ ਵਿੱਚ ਜਦੋਂ ਵੀ ਸਾਡਾ ਆਵੇ ਪਾਰਟੀ ਜਿਵੇਂ ਸਾਡੇ ਦੂਜੇ ਚੋਣ ਆਉਂਦੇ ਆ ਪਾਰਟੀ ਪ੍ਰਧਾਨ ਦਾ ਵੀ ਚੋਣ ਹੁੰਦਾ ਸਾਡਾ ਦਸੰਬਰ 14 ਨੂੰ ਜਿਹੜਾ ਦੁਬਾਰਾ ਚੋਣ ਆਬ ਤੈਅ ਆ ਔਰ ਚੋਣਾਂ ਤੋਂ ਪਹਿਲਾਂ ਅਸਤੀਫਾ ਦਿੰਦਾ ਹੈ ਇੱਕ ਸਮਾਨੇ ਪ੍ਰਕਿਰਿਆ ਹੈ ਇਸ ਤੋਂ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਪ੍ਰਧਾਨ ਜੀ ਜਿਹੜੇ ਕੋਈ ਵੀ ਹੋਵੇ ਉਹ ਅਸਤੀਫਾ ਦਿੰਦੇ ਨੇ ਤੇ ਚੋਣਾਂ ਦੀ ਸਮਰਚ ਜਾਂਦੇ ਨੇ ਸੋ ਇਹ ਤਾਂ ਚੋਣ ਦੀ ਪ੍ਰਕਿਰਿਆ ਹੈ ਇਹਨੂੰ ਲੋਕ ਕਿੱਦਾਂ ਦੇਖਦੇ ਨੇ ਇਹ ਸਿਰਫ ਇੱਕ ਕਹਿ ਲਓ ਅਕਾਲੀ ਦਲ ਦੇ ਖਿਲਾਫ ਇੱਕ ਬੇਬਨਾਉਂਦੀ ਕੋਸ਼ਿਸ਼ ਕਰਦੇ ਜਦਕਿ ਸਾਡੇ ਪੰਪਾਰਟੀ ਦਾ ਅੰਦਰੂਨੀ ਮਾਮਲਾ ਹੈ ਅੰਦਰੂਨੀ ਚੋਣ ਹੈ ਸੋ ਇਹ ਹਨ ਸ਼ੋਮਨੀ ਅਕਾਲੀ ਦਲ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੰਜੀਪ ਤਲਵਾਰ ਜੀ ਕੈਮਰਾਮੈਨ ਸੰਜੀਪ ਕੁਮਾਰ ਦੇ ਨਾਲ ਅਜਮੇਰ ਪਨੋੜ ਦੈਨਿਕ ਸਵੇਰਾ ਚੱਬੇਵਾਲ